ਏਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਅਜੋਤ ਕੋਲ ਲੈ ਕੇ ਆਇਆ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਰਾਜਨੀਤੀ ਇੱਕ ਸਮਾਜ ਸੇਵਾ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਸਾਲੋ ਵਿਖੇ ਉੱਥੋਂ ਦੇ ਸਰਪੰਚ ਸਾਹਿਬ ਸੁਰਿੰਦਰ ਕੌਰ ਜੀ ਅਤੇ ਉਹਨਾਂ ਦੇ ਹਸਬੰਡ ਨਾਲ ਗੱਲਬਾਤ ਕਰਾਂਗੇ ਤੇ ਆਓ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੰਡ ਬਾਰੇ ਅਸੀਂ ਆਪਣੇ ਪਿੰਡ ਬਾਰੇ ਜੀ ਚੰਗੇ ਚੰਗੇ ਕੰਮ ਕਰਾਉਣੇ ਜਾਂਦੇ ਹਾਂ ਜਿੰਦਾ ਪਿੰਡ ਦੇ ਵਿੱਚ ਹਾਂਜੀ ਪਿੰਡ ਸਾਡਾ ਅਸੀਂ ਚਾਹੁੰਦੇ ਕਿ ਸਾਡੇ ਪਿੰਡ ਦੀਆਂ ਗਲੀਆਂ ਨਹੀਂ ਪੂਰੀਆਂ ਬਣ ਚੁੱਕੀਆਂ ਜੀ ਹਾਂਜੀ ਪ੍ਰਾਣੀਆਂ ਗਲੀਆਂ ਬਹੁਤ ਦੇਰ ਦੀਆਂ ਬਣੀਆਂ ਹੋਈਆਂ ਹਨ ਹਾਂਜੀ ਹਾਂਜੀ ਅਸੀਂ ਚਾਹੁੰਦੇ ਕਿ ਸਾਡੇ ਪਿੰਡ ਦਾ ਸੁਧਾਰ ਹੋਵੇ ਠੀਕ ਹੈ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਬਾਰੇ ਪਿੰਡ ਬਾਰੇ ਦੇਖੋ ਜੀ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਪਿੰਡ ਦਾ ਹੋਵੇ ਸਾਨੂੰ ਜਿਹੜੇ ਐਨ ਆਰ ਆਈ ਵੀਰਿਆ ਇਹਨਾਂ ਦਾ ਸੰਯੋਗ ਤਾਂ ਹੈਗਾ ਪੂਰਾ ਪਰ ਸੰਯੋਗ ਪਹਿਲਾਂ ਵੀ ਰਿਆ ਪਹਿਲਾਂ ਉਹਨਾਂ ਦੇ ਜਦਾਂ ਜਦਾਂ ਮਤਲਬ ਜੋ ਵੀ ਉਹ ਨਹੀਂ ਭੇਜਿਆ ਸੀਗਾ ਨਹੀਂ ਲੱਗਾ ਪਿੰਡ ਦੇ ਵਿੱਚ ਕੋਈ ਵੀ ਉਹਨਾਂ ਦਾ ਐਡਾ ਲੰਮਾ ਕਿਸੇ ਨੇ ਦਿਖਾ ਲਿਆ ਨਹੀਂ ਬਥੇ ਸ਼ੋਅ ਕੀਤਾ ਹੁਣ ਅੱਜ ਜਿੱਦਾਂ ਪਹਿਲਾਂ ਜਦ ਤੋਂ ਅਸੀਂ ਬਣੇ ਆ ਜਦੋਂ ਮੈਂ ਆਪਣੇ ਮਤਲਬ ਆਪਣੇ ਅੱਡੇ ਦਾ ਪਹਿਲਾਂ ਅਸੀਂ ਕੰਮ ਸ਼ੁਰੂ ਕੀਤਾ ਤੇ ਉੱਥੋਂ ਐਨ ਆਰ ਆ ਵੀਰਾਂ ਨੇ ਬਹੁਤ ਸੰਯੋਗ ਦਿੱਤਾ ਸਾਨੂੰ ਤੇ ਪੂਰੇ ਪਿੰਡ ਨੂੰ ਸੰਯੋਗ ਦਿੰਦੇ ਵੀ ਆ ਜਿਹੜੇ ਬਾਹਰ ਐਨ ਆਰ ਆਈ ਸਾਰੇ ਵੀਰਾਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਜਿੱਦਾਂ ਮਤਲਬ ਬੇ ਬਹੁਤ ਵਧੀਆ ਸੰਯੋਗ ਸਾਨੂੰ ਦਿੰਦੇ ਆ ਤੇ ਗਾਹਾਂ ਵੀ ਦਊਗੇ ਇਦਾਂ ਨਹੀਂ ਗੱਲ ਹੈ ਕਿ 5 ਸਾਲ ਦਿੰਦੇ ਰਹੂਗੇ ਵੀ ਪਰ ਜੇ ਅਸੀਂ ਕੰਮ ਜੇ ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਕਰਾਂਗੇ ਤੇ ਬਾਕੀ ਚਲੋ ਪੰਚਾਇਤ ਦੀ ਜੋ ਵੀ ਗ੍ਰਾਂਟ ਤੁਹਾਨੂੰ ਆਂਦੀ ਆ ਉਹ ਵੀ ਅਸੀਂ ਲਾਣੇ ਆ ਥੋੜੀ ਜਿਹੀ ਸਮੱਸਿਆ ਸੀ ਜਿੱਦਾਂ ਸਾਡੇ ਆਪਣੇ ਪੰਚਾਇਤ ਦੇ ਵਿੱਚ ਬੋਰ ਕਰਾਉਣੇ ਵਾਲੇ ਸੀਗੇ ਜਿੱਦਾਂ ਮਤਲਬ ਸਮਰਸੀਵਾਲ ਕਰਾਇਆ ਤੇ ਮੋਟਰਾਂ ਵੀ ਲਗੀਆਂ ਆ ਤੇ ਉਹਨਾਂ ਦਾ ਹੀ ਪੈਸਾ ਖਰਚ ਆ ਗਿਆ ਤੇ ਹੁਣ ਜਿੱਦਾਂ ਗ੍ਰਾਂਟ ਵੀ ਹੁਣ ਜਿੱਦਾਂ ਮਤਲਬ ਨਹੀਂ ਮਿਲੀ ਹੈਗੀ ਹਜੇ ਤੱਕ ਥੋੜੀ ਜਿਹੀ ਜਿੱਦਾਂ ਮਿਲੀ ਆ ਤੇ ਉਹਦੇ ਨਾਲ ਤਾਂ ਜਿੱਦਾਂ ਗਲੀਆਂ ਨਾਲੀਆਂ ਦਾ ਹੀ ਨਹੀਂ ਹਲੇ ਕੰਮ ਸਾਡੇ ਪੂਰਾ ਹੋਇਆ ਤੇ ਬਹੁਤ ਅੰਧੂਰਾ ਕੰਮ ਥਾ ਸਾਡਾ ਗਲੀਆਂ ਨਾਲੀਆਂ ਦਾ ਜਿੱਦਾਂ ਤੇ ਹੁਣ ਸ਼ਾਇਦ ਚਲੋ ਇਹਨਾਂ 5 ਸਾਲਾਂ ਦੇ ਵਿੱਚ ਅਸੀਂ ਪੂਰਾ ਸਾਰਾ ਕਰ ਦੇਣਾ ਆ ਤੇ ਸਾਰੇ ਆਉਣ ਵਾਲੇ ਫਿਊਚਰ ਜੇ ਤੁਸੀਂ ਆਪਣੇ ਪਿੰਡ ਬਾਰੇ ਅਗਰ ਤੁਹਾਨੂੰ ਸਰਕਾਰ ਗ੍ਰਾਂਟ ਦਿੰਦੀ ਆ ਤੁਸੀਂ ਆਪਣੇ ਪਿੰਡ ਬਾਰੇ ਕੀ ਕੀ ਸੋਚਿਆ ਕਿਹੜੇ ਕਿਹੜੇ ਕੰਮ ਕਰਵਾਉਣ ਬਾਰੇ ਸੋਚਿਆ ਹੋਰ ਸਾਡੇ ਮੈਡਮ ਇਦਾਂ ਆ ਕੰਮ ਦੇ ਵਿੱਚ ਪਹਿਲਾਂ ਤਾਂ ਹਲੇ ਛੱਪੜਾਂ ਦਾ ਸਾਡੇ ਸਫਾਈ ਦਾ ਕੰਮ ਜਿੱਦਾਂ ਉਹਨਾਂ ਦੇ ਆਲੇ ਦੁਆਲੇ ਚਾਰਦਵਾਰੀ ਕਰਾਉਣ ਦਾ ਤੇ ਜਿੱਦਾਂ ਵੀ ਮਤਲਬ ਹੈ ਲੋਕਾਂ ਦੇ ਪਿੰਡਾਂ ਦੇ ਵਿੱਚ ਹੁਣ ਦੇਖਿਆ ਛੱਪੜਾਂ ਦੀ ਸਫਾਈ ਬਹੁਤ ਵਧੀਆ ਜਿੱਦਾਂ ਬਹੁਤ ਤਰੀਕੇ ਨਾਲ ਵਧੀਆ ਕੰਮ ਹੁੰਦੇ ਆ ਤੇ ਅਸੀਂ ਇਹ ਕੰਮ ਜਿੱਦਾਂ ਕਰਾਉਣਾ ਚਾਹੁੰਦੇ ਆ ਤੇ ਬਾਕੀ ਹੁਣ ਦੇਖੋ ਕਿਦਾਂ ਹੁੰਦੀ ਆ ਪਿੰਡ ਦੇ ਵਿੱਚ ਹਾਂਜੀ ਹਾਂਜੀ ਜਾਨੀ ਕਿ ਸੰਜੋਗ ਸਾਨੂੰ ਸਾਰੇ ਪਿੰਡ ਦਾ ਹੀ ਆ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਸਾਰੇ ਸਾਡੇ ਨਾਲ ਆ ਹਾਂਜੀ 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 ਤੁਸੀਂ ਚਾਹੁੰਦੇ ਹੋ ਕਿ ਜਿਹੜੇ ਜਿਹੜੇ ਕੰਮ ਪੈਂਡਿੰਗ ਚ ਪਿਓ ਸਾਰੇ ਮੈਂ ਕਰਵਾਵਾ ਹਾਂ ਹਾਂਜੀ ਠੀਕ ਹੈ ਤੇ ਸਰ ਤੁਸੀਂ ਕੀ ਉਪਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੇ ਹੁਣ ਸਾਡੇ ਪਿੰਡ ਦੇ ਵਿੱਚ ਦੇਖ ਲਓ ਜਿਮ ਵੀ ਆ ਨੌਜਵਾਨ ਜਿੰਨੀ ਵੀ ਪੀੜ੍ਹੀ ਸਾਡੇ ਜਿਮ ਸਾਰੇ ਨਿਆਣੇ ਜਿੱਦਾਂ ਜਿਮ ਦੇ ਵਿੱਚ ਖੇਲਣ ਵੀ ਜਾਂਦੇ ਆ ਤੇ ਸਾਡੇ ਪਿੰਡ ਦੇ ਵਿੱਚ ਕਲਾਬ ਆ ਫੁੱਟਬਾਲ ਦਾ ਟੂਰਨਾਮੈਂਟ ਸਾਰਾ ਕੁਝ ਹੁੰਦਾ ਆ ਜੀ ਤੇ ਉੱਥੋਂ ਵੀ ਜਿੱਦਾਂ ਮਤਲਬ ਬਾਹਰਲੇ ਬੰਦਿਆਂ ਦਾ ਪੂਰਾ ਸੰਯੋਗ ਆ ਜਿੱਦਾਂ ਸਾਨੂੰ ਪੂਰੀ ਹੋਣੀ ਚਾਹੀਦੀ ਆ ਹਾਂਜੀ ਜੋ ਵੀ ਸਾਨੂੰ ਨੌਜਵਾਨ ਬੱਚੇ ਮੰਗਦੇ ਆ ਨਾ ਮਸ਼ੀਨਾਂ ਵਗੈਰਾ ਜਿੱਦਾਂ ਸਾਨੂੰ ਸਾਰੀ ਘਾਟ ਪੂਰੀ ਹੋਣੀ ਚਾਹੀਦੀ ਆ ਜਿੱਦਾਂ ਸਾਡੀ ਹਾਂਜੀ ਹਾਂ ਮਤਲਬ ਇਹ ਇਹ ਇਦਾਂ ਇਹ ਬਾਹਰਲੇ ਸੰਯੋਗ ਕਰੂਗੇ ਜਿਮ ਦੇ ਵਿੱਚ ਵੀ ਹੁਣ ਗਵਰਨਮੈਂਟ ਨੇ ਤਾਂ ਇੱਕ ਵਾਰੀ ਲੈਤੇ ਆ ਜਿਮ ਸਾਰੇ ਲੈਤੇ ਆ ਮੁਰਮੁਰ ਕੇ ਤਾਂ ਨਹੀਂ ਹੁਣ ਜੇ ਬਾਹਰੋਂ ਪੈਸਾ ਆਊਗਾ ਤਾਂ ਜਿਮ ਦੇ ਵਿੱਚ ਵੀ ਮਸ਼ੀਨਾਂ ਆਉਗੀਆਂ ਕੋਈ ਖਰਾਬ ਹੋਈ ਹੋਆ ਮਸ਼ੀਨ ਸਾਰਾ ਕੁਝ ਹੀ ਖਰਾਬ ਪਿਆ ਜੀ ਗੱਲ ਮੁਗਾਓ ਪਿਛਲੀ ਵਾਰੀ ਜਿੱਦਾਂ 5-10 ਸਾਲਾਂ ਦੇ ਵਿੱਚ ਕੋਈ ਕੰਮ ਹੋਇਆ ਹੀ ਨਹੀਂ ਚਾਜਨਾ ਪਿੰਡ ਦੇ ਵਿੱਚ ਬਹੁਤ ਅੰਧੂਰੇ ਹੀ ਕੰਮ ਪਏ ਆ ਸਾਰੇ ਠੀਕ ਹੈ ਜੀ ਇਹ ਅਸੀਂ ਗੱਲ ਕਰ ਰਹੇ ਸੀ ਨਵੇਂ ਸ਼ਹਿਰ ਦੇ ਪਿੰਡ ਸੈਲੋਂ ਵਿਖੇ ਜਿਸ ਤਰ੍ਹਾਂ ਕਿ ਉਹਨਾਂ ਨੇ ਸਰਨੇ ਦੱਸਿਆ ਕਿ ਸਾਨੂੰ ਬਹੁਤ ਜ਼ਿਆਦੀਆਂ ਤੰਗੀਆਂ ਆ ਰਹੀਆਂ ਅਸੀਂ ਚਾਹੁੰਦੇ ਹਾਂ ਅਸੀਂ ਵੀ ਗਵਰਨਮੈਂਟ ਨੂੰ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣੇ ਪਿੰਡ ਨੂੰ ਬਾਕੀ ਦੇ ਪਿੰਡਾਂ ਵਾਂਗੂ ਬਹੁਤ ਸੋਹਣਾ ਬਣਾ ਸਕਣ ਤੇ ਮੈਂ ਫਿਰ ਮਿਲੂੰਗੀ ਨਵੇਂ ਸ਼ਹਿਰ ਚ ਨਵੇਂ ਪਿੰਡ ਨਵੀਆਂ ਗੱਲਾਂ ਦੇ ਨਾਲ ਮੈਂ ਨਮ ਕੈਮਰਾਮੈਨ ਅਮਰਜੀਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ ایਵਨ ਪੰਜਾਬੀ ਆ ਗਿਆ ਹੁਣ ਤੁਹਾਡੇ smartphone ਤੇ ਵੀ ਜਲਦ ਤੋਂ ਜਲਦ ਡਾਊਨਲੋਡ ਕਰੋ ایਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ